ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਬੱਡੀ 707 ਤੇ। ਸੋ ਦੋਸਤੋ, ਲੈ ਕੇ ਹਾਜ਼ਰ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਅਪਡੇਟ। ਤਾਂ ਬਾਈ ਜੀ, ਆਪਾਂ ਹਰ ਰੋਜ਼ ਕਬੱਡੀ ਕੱਪਾਂ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ, ਇਸ ਲਈ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਦੋਸਤੋ, ਆਓ ਹੁਣ ਆਪਾਂ ਨਜ਼ਰ ਮਾਰੀਏ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਸਭ ਤੋਂ ਪਹਿਲਾਂ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣੇ ਨੇ ਪਿੰਡ ਪਰਸ ਰਾਮਪੁਰ, ਜ਼ਿਲ੍ਹਾ ਜਲੰਧਰ ਵਿਖੇ। ਇੱਥੇ ਦੋਸਤੋ ਅੱਜ 54 ਕਿੱਲੋ ਅਤੇ 65 ਕਿੱਲੋ ਦੇ ਮੈਚ ਹੋਣੇ ਨੇ। 54 ਕਿੱਲੋ ਦੇ ਲਈ ਪਹਿਲਾ ਇਨਾਮ ਇੱਥੇ 11,000, ਦੂਜਾ ਇਨਾਮ 8,000। ਉੱਥੇ ਹੀ ਦੋਸਤੋ 65 ਕਿੱਲੋ ਦੇ ਲਈ ਪਹਿਲਾ ਇਨਾਮ ਇੱਥੇ 15,000 ਅਤੇ ਦੂਜਾ ਇਨਾਮ ਇੱਥੇ 11,000 ਰੁਪਇਆ ਰੱਖਿਆ ਗਿਆ ਹੈ। ਦੋਸਤੋ, ਇਹ ਕਬੱਡੀ ਟੂਰਨਾਮੈਂਟਾਂ ਦਾ ਲਾਈਵ ਚੱਲੇਗਾ ਟੀਮ ਪੰਜਾਬੀ TV 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਇੱਕ ਵਧੀਆ ਕਬੱਡੀ ਦਾ ਸ਼ੋਅ ਮੈਚ ਹੋਣ ਜਾ ਰਿਹਾ ਹੈ। ਦੋਸਤੋ, ਇਹ ਕਬੱਡੀ ਦਾ ਸ਼ੋਅ ਮੈਚ ਹੋਵੇਗਾ ਪਿੰਡ ਘਰਿਆਲਾ, ਜ਼ਿਲ੍ਹਾ ਤਰਨ ਤਾਰਨ ਵਿਖੇ, ਜਿੱਥੇ ਦੋਸਤੋ ਅੱਜ ਮਾਝਾ ਕਬੱਡੀ ਕਲੱਬ ਘਰਿਆਲਾ ਅਤੇ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲਾ ਦੇ ਵਿਚਕਾਰ ਮੈਚ ਹੋਵੇਗਾ। ਬਾਕੀ ਦੋਸਤੋ, ਲਾਈਵ ਬਾਰੇ ਇਹਨਾਂ ਨੇ ਦੱਸਿਆ ਨਹੀਂ ਕਿ ਕਿਹੜੇ ਚੈਨਲ 'ਤੇ ਚੱਲੇਗਾ। ਉਸ ਤੋਂ ਅੱਗੇ ਦੋਸਤੋ, ਅੱਜ ਇੱਕ ਚੋਟੀ ਦਾ ਹੋਰ ਸ਼ੋਅ ਮੈਚ ਹੋਵੇਗਾ। ਦੋਸਤੋ, ਇਹ ਕਬੱਡੀ ਦਾ ਸ਼ੋਅ ਮੈਚ ਹੋਣਾ ਹੈ ਪਿੰਡ ਡੰਡੇ ਨੇੜੇ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ, ਜਿੱਥੇ ਕਿ ਬਾਈ ਜੀ ਅੱਜ ਕਬੱਡੀ ਕਲੱਬ ਫਰੰਦੀਪੁਰ ਅਤੇ ਕਬੱਡੀ ਕਲੱਬ ਘੁਮਾਣ ਦੀਆਂ ਟੀਮਾਂ ਪਹੁੰਚਣਗੀਆਂ। ਇੱਥੇ ਦੋਸਤੋ ਅੱਜ ਵਧੀਆ ਖਿਡਾਰੀ ਪਹੁੰਚਣਗੇ, ਜਿਵੇਂ ਕਿ ਅਰਸ਼ ਚੋਲਾ ਸਾਹਿਬ, ਗੋਪੀ ਫਰੰਦੀਪੁਰੀਆ, ਪ੍ਰੀਤ ਲੱਦੂ, ਚੱਕੀ ਰਮਦਾਸ, ਸ਼ੰਕਰ ਸਦਮਾ ਅਤੇ ਹੋਰ ਵਧੀਆ ਖਿਡਾਰੀ ਪਹੁੰਚਣਗੇ। ਸੋ ਦੋਸਤੋ, ਇੱਥੇ ਇਹਨਾਂ ਲਈ ਪਹਿਲਾ ਇਨਾਮ ਰੱਖਿਆ ਗਿਆ 81,000 ਅਤੇ ਦੂਜਾ ਇਨਾਮ 71,000। ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਦੋਸਤੋ, ਇੱਥੇ ਪੰਜਾਬ ਅਤੇ ਹਰਿਆਣਿਆਂ ਦੀਆਂ ਲੜਕੀਆਂ ਦਾ ਸ਼ੋਅ ਮੈਚ ਵੀ ਹੋਵੇਗਾ। ਸੋ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਪੰਜਾਬ 7 TV 'ਤੇ, ਜੋ ਕਿ ਦੋਸਤੋ ਇਹ ਮੈਚ ਸ਼ਾਮ ਨੂੰ 4 ਵਜੇ ਤੋਂ ਬਾਅਦ ਸ਼ੁਰੂ ਹੋਣਗੇ। ਸੋ ਦੋਸਤੋ, ਇਹ ਸੀ ਅੱਜ ਹੋਣ ਵਾਲੇ ਕੁਝ ਕਬੱਡੀ ਟੂਰਨਾਮੈਂਟ। ਬਾਕੀ ਬਾਈ ਜੀ, ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਦੋਸਤੋ, ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।